ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਆਪਾਂ ਬਣਾਇਆ ਹੈਗਾ ਪੀਜ਼ਾ, ਹੋਮਮੇਡ ਪੀਜ਼ਾ ਬਣਾਇਆ, ਬਹੁਤ ਟੇਸਟੀ ਬਣਿਆ ਆ। ਜਿਹੜੇ ਵੀਅਰ ਚੈਨਲ ਦੇਖਦੇ ਨੇ, ਜਿਨ੍ਹਾਂ ਨੇ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਛੋਟੀ ਜਿਹੀ ਬੈਲ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰ, ਤਾਂ ਜਾਣੂ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਆਪਾਂ ਚੱਲਦੇ ਵੀਡੀਓ ਵੱਲ ਤੋਂ ਦੇਖਦੇ ਹਾਂ ਕੀ ਸਮਾਨ ਲਿਆ ਅਤੇ ਕਿੱਦਾਂ ਬਣਾਇਆ ਆ, ਬਹੁਤ ਟੇਸਟੀ ਪੀਜ਼ਾ ਬਣਿਆ ਆ। ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰ ਤੁਸੀਂ ਕਿੱਥੋਂ ਕਿੱਥੇ ਵੀਡੀਓ ਦੇਖਦੇ ਹੋ, ਪਲੀਜ਼ ਉਹ ਵਾਲੇ ਜ਼ਰੂਰ ਕਮੈਂਟ ਕਰ ਦਿਆ ਕਰੋ ਔਰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ, ਕਿਉਂਕਿ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਦੇ ਉੱਤੇ, ਪਰ ਜੇ ਤੁਸੀਂ ਥੋੜ੍ਹਾ ਜਿਹਾ ਕਮੈਂਟ ਤੁਹਾਡਾ ਬਹੁਤ ਜ਼ਿਆਦਾ ਮੈਨੂੰ ਹਿੰਮਤ ਦਿੰਦਾ ਹੈ ਅਤੇ ਮੈਂ ਬਹੁਤ ਵਧੀਆ ਵੀਡੀਓ ਬਣਾਉਂਦੀ ਹਾਂ। ਫਿਰ ਹੁਣ ਆਪਾਂ ਚੱਲਦੇ ਹਾਂ, ਦੇਖਦੇ ਹਾਂ। ਸਭ ਤੋਂ ਪਹਿਲਾਂ ਪਾਇਆ ਈਸਟ, ਮੈਂ ਇੱਕ ਚਮਚ ਈਸਟ ਪਾਇਆ, ਦੋ ਚਮਚ ਪਾਉਂਗੀ ਚੀਨੀ 'ਚ। ਸਮਾਨ ਤੁਸੀਂ ਇੰਨਾ ਹੀ ਪਾਉਣਾ ਜਿੰਨਾ ਮੈਂ ਦੇਖਿਆ ਧਿਆਨ ਨਾਲ, ਇੰਨਾ ਇੰਨਾ ਸਮਾਨ ਹੀ ਪਾ ਕੇ ਬਣਾਓਗੇ। ਦੋ ਚਮਚ ਚੀਨੀ ਪਾਈ ਇਹਦੇ ਵਿੱਚ ਅਤੇ ਅੱਧਾ ਕੱਪ ਪਾਉਂਗੀ ਮੈਂ ਕੋਸਾ ਪਾਣੀ, ਥੋੜ੍ਹਾ ਤੇਜ਼ ਕੋਸਾ ਪਾਣੀ ਪਾਉਣਾ ਹੈ, ਠੰਡੇ ਪਾਣੀ 'ਚ ਨਹੀਂ ਬਣਾਉਣਾ ਹੈਗਾ ਤੁਸੀਂ, ਥੋੜ੍ਹਾ ਤੇਜ਼ ਕੋਸੇ ਪਾਣੀ 'ਚ ਭਿਉਂਗੇ ਤਾਂ ਬਹੁਤ ਵਧੀਆ ਬਣੂਗਾ। ਈਸਟ ਨੂੰ ਐਕਟੀਵੇਟ ਕਰਨ ਲਈ ਆਪਾਂ ਨੇ ਹੁਣ ਢੱਕ ਕੇ ਰੱਖ ਦੇਣਾ, ਚੰਗੀ ਤਰ੍ਹਾਂ ਘੋਲ ਕੇ ਢੱਕ ਕੇ ਰੱਖ ਦਾਂਗੇ ਇਹਨੂੰ ਔਰ ਐਕਟੀਵੇਟ ਹੋ ਕੇ ਚੰਗੀ ਤਰ੍ਹਾਂ ਦੇਖੋ 15 ਮਿੰਟ ਦੇ ਵਿੱਚ ਬਹੁਤ ਵਧੀਆ ਹੁੱਲ ਜਾਣਾ ਹੈ ਇਹ। ਉਦੋਂ ਤੱਕ ਆਪਾਂ ਆਟੇ ਨੂੰ ਜਿਹੜਾ ਮੈਦਾ ਹੈਗਾ ਉਹਨੂੰ ਛਾਣ ਲਾਂਗੇ, ਇਹਨੂੰ ਰੱਖ ਦਾਂਗੇ ਇੱਕ ਸਾਈਡ 'ਤੇ ਆਪਾਂ ਨੇ ਔਰ ਢੱਕ ਕੇ ਦਿੱਤਾ ਆਪਾਂ ਇੱਕ ਸਾਈਡ 'ਤੇ ਕਰ। ਇਸ ਤੋਂ ਬਾਅਦ ਆਪਾਂ ਕਰਾਂਗੇ ਹੁਣ ਮੈਦੇ ਵੱਲ। ਹੁਣ ਕੱਪ ਲਿਆ ਮੈਂ, ਜਿਹੜਾ ਕੱਪ ਮੁੰਡਾ ਮਈਆਂ ਰੰਗ ਕੱਪ ਹੁੰਦਾ, 3 ਕੱਪ ਪਾਉਂਗੀ ਇਹ ਵਾਲੇ, ਅੱਧਾ ਕਿਲੋ ਦੇ ਕਰੀਬ ਬਣ ਜੂਗਾ ਮੈਦਾ ਇਹ ਮੇਰਾ ਖਿਆਲ ਨਾਲ, 3 ਕੱਪ ਪਾਉਂਗੀ, 3 ਕੱਪ ਮੈਦੇ ਦੇ ਪਾ ਕੇ ਇਹਨਾਂ ਨੂੰ, ਮੈਦੇ ਨੂੰ ਛਾਣਨਾ ਬਹੁਤ ਜ਼ਰੂਰੀ ਆ, ਛਾਣ ਤੋਂ ਜ਼ਰੂਰ ਲੈਣਾ ਹੈ, ਇੱਦਾਂ ਕਦੇ ਵੀ ਨਹੀਂ ਬਣਾਉਣਾ ਹੈਗਾ ਛਾਣੇ ਤੋਂ ਬਗੈਰ, ਕਿਉਂਕਿ ਵਧੀਆ ਫੁੱਲਦਾ ਛਾਣਿਆ ਹੋਵੇ ਨਾ ਮੈਦਾ, ਕੋਈ ਦਾਣੇ ਜਿਹੇ ਨਹੀਂ ਰਹਿੰਦੇ ਤਾਂ ਵਿਚਾਰ ਇੱਕ ਸਾਰ ਹੋ ਜਾਂਦਾ ਮੈਦਾ, ਬਹੁਤ ਵਧੀਆ ਫੁੱਲ ਜਾਂਦਾ ਫਿਰ, ਇਸ ਕਰਕੇ ਛਾਣ ਜ਼ਰੂਰ ਲੈਣਾ। ਬਹੁਤ ਟਾਈਮ ਨਹੀਂ ਲੱਗਦਾ ਹੈਗਾ ਝੜ ਦੇਣ ਛਾਣੇ ਦਾ, ਬਹੁਤ ਔਖਾ ਕੰਮ ਨਹੀਂ ਹੈ ਕੋਈ, ਇਹ 3 ਕੱਪ ਪਾ ਕੇ ਇੱਕ ਵਾਰੀ ਛਾਣ ਲੈਣਾ ਮੈਂ ਇਹਦੇ ਵਿੱਚ। ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼, ਬਹੁਤ ਜ਼ਿਆਦਾ ਹੱਥ ਬੰਨ ਕੇ ਬੇਨਤੀ ਮੇਰੀ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਬਹੁਤ ਸਾਰੇ ਵੀਅਰ ਦੇਖਦੇ ਪਰ ਚੈਨਲ ਸਬਸਕ੍ਰਾਈਬਰ ਘੱਟ ਨੇ ਮੇਰੇ, ਅਤੇ ਉਹ ਬਹੁਤ ਘੱਟ ਦੇਖਦੇ ਸਬਸਕ੍ਰਾਈਬਰ ਤਾਂ, ਅਤੇ ਦੂਸਰੇ ਲੋਕ ਜ਼ਿਆਦਾ ਦੇਖਦੇ ਆ, ਜਿਹੜੇ ਵੀ ਦੇਖਦੇ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਚੈਨਲ ਨੂੰ, ਐਪਰੀਸ਼ੀਏਸ਼ਨ ਮਿਲਦੀ ਮੈਨੂੰ। ਆਪਾਂ ਜਿਹੜਾ ਵੇਸਟ ਹੈਗਾ ਗਿਆ ਫੁੱਲ, ਇਹਦੇ ਨਾਲ ਆਪਾਂ ਹੁਣ ਕਰਾਂਗੇ ਇਹਨੂੰ ਡੋਨ ਤਿਆਰ ਕਰਾਂਗੇ ਆਪਾਂ, ਜੇ 2 ਚਮਚ 2 ਟੀਸਪੂਨ ਪਾਉਂਗੀ ਨਮਕ ਮੈਂ ਇਹਦੇ ਵਿੱਚ, ਛੋਟੇ 2 ਚਮਚ ਨਮਕ ਦੇ ਪਾਇਆ, 3 ਕੱਪ ਮੈਦੇ ਦੇ ਵਿੱਚ 2 ਚਮਚ ਨਮਕ ਪਾਇਆ ਆ, ਅਤੇ 2-3 ਕੁ ਚਮਚ ਮੈਂ ਪਾ ਦੂੰਗੀ ਰਿਫਾਇੰਡ ਓਇਲ ਦੇ, ਤੇਲ ਪਾਉਣਾ ਸਰ੍ਹੋਂ ਤੇਲ ਨਹੀਂ ਪਾਉਣਾ, ਇੰਨਾ ਕੁ ਧਿਆਨ ਰੱਖਣਾ ਤੁਸੀਂ, ਜਿਹੜੇ ਜਿਹੜੇ ਚੀਜ਼ ਤੇਲ 'ਚ ਸਮੈਲ ਹੋਵੇ ਉਹ ਨਾ ਪਾਓ, ਇਹ ਮੈਂ ਪਾਇਆ ਸਫੋਲਾ ਆਇਆ, ਇਹਦੇ ਵਿੱਚ ਪਾ ਦੂੰਗੀ ਹੁਣ ਜੀਸਟ, ਇਹਨੂੰ ਡੋ ਬਣਾ ਕੇ ਤਿਆਰ ਕਰ ਲੂੰਗੀ ਇਹਦਾ ਮੈਂ, ਸੋਫਟ ਜਿਹਾ ਡੋ ਬਣਾਉਣਾ ਆ। ਅੱਧਾ ਕੱਪ ਪਾਣੀ ਮੈਂ ਪਹਿਲਾਂ ਪਾਇਆ ਸੀ, ਅੱਧਾ ਕੱਪ, 1 ਕੱਪ ਤਕਰੀਬਨ ਹੋਰ ਪਊਗਾ ਔਰ 1.5 ਕੱਪ ਦੇ ਵਿੱਚ 3 ਕੱਪ ਜਿਹੜਾ ਆਟਾ ਹੈ ਨਾ, 1.5 ਕੱਪ ਪਾਣੀ ਦੇ ਨਾਲ ਬਹੁਤ ਵਧੀਆ ਬਣ ਜਾਣਾ ਆ। ਅੱਧਾ ਕੱਪ ਹੋਰ ਪਾ ਕੇ ਦੇਖੋ ਪਾਣੀ ਮੈਂ ਗਰਮ ਜਿਹਾ, ਕੋਸੇ ਪਾਣੀ ਨਾਲ ਹੀ ਆਟਾ ਬਣਾਉਣਾ ਤੁਸੀਂ, ਪਾਣੀ ਠੰਡਾ ਨਹੀਂ ਯੂਜ਼ ਕਰਨਾ, ਕੋਸਾ ਪਾਣੀ ਹੀ ਪਾਓਗੇ। ਅੱਧਾ ਕੱਪ ਹੋਰ ਪਾਣੀ ਦਾ ਪੈ ਜੂਗਾ ਮੇਰੇ ਖਿਆਲ ਨਾਲ, ਕੱਪ ਨਾਪ ਕੇ ਪਾ ਰਹੀ ਹਾਂ ਮੈਂ, ਹੁਣ ਆਪਾਂ ਡੋ ਕਰਦੇ ਹਾਂ। ਸੋਫਟ ਜਿਹਾ ਡੋ ਤਿਆਰ ਕਰਨਾ, ਬਹੁਤ ਸਖਤ ਵੀ ਨਹੀਂ ਹੋਣਾ ਅਤੇ ਨਰਮ ਵੀ ਨਹੀਂ ਹੋਣਾ ਚਾਹੀਦਾ, ਠੀਕ ਜਿਹਾ ਉਹ ਸਿੰਪਲ ਡੋ ਤਿਆਰ ਕਰ ਲੈਣਾ, ਨੋਰਮਲ ਜਿਹਾ ਮਲਣਾ ਬਹੁਤ ਚੰਗੀ ਤਰ੍ਹਾਂ ਹੈ ਡੋ ਨੂੰ, ਹੱਥਾਂ ਨਾਲ ਲੱਗਦਾ ਅਤੇ ਹੱਥਾਂ ਥੋੜ੍ਹਾ ਜਿਹਾ ਤੇਲ ਲਾ ਲਓ ਤੁਸੀਂ, ਗਰੀਸ ਕਰ ਲਓ ਹੱਥਾਂ ਨੂੰ, ਡੋ ਤਿਆਰ ਕਰਕੇ ਦੇਖੋ ਤਕਰੀਬਨ ਬਣ ਗਿਆ, ਹੱਥਾਂ ਨੂੰ ਥੋੜ੍ਹਾ ਮੈਂ ਗਿੱਲੇ ਕਰ ਲਿਆ ਹੁਣ ਹੱਥਾਂ ਨੂੰ, ਕਿਉਂਕਿ ਬਹੁਤ ਜ਼ਿਆਦਾ ਚਿਪਕ ਰਿਹਾ ਆ, ਇਹਨੂੰ ਮੈਂ ਕੱਢ ਕੇ ਰੱਖੂੰਗੀ ਡੋਂਗੇ ਦੇ ਵਿੱਚ ਪਾ ਦੂੰਗੀ, ਇੱਕ ਇਹ ਰੱਖਣਾ ਗਰਮ ਥਾਂ 'ਤੇ ਰੱਖ ਦੇਣਾ ਤੁਸੀਂ 1.5 ਘੰਟੇ ਲਈ, 1.5-2-3 ਘੰਟੇ, ਜਿੰਨੇ ਘੰਟੇ ਜੇ ਸਰਦੀਆਂ ਥੋੜ੍ਹਾ ਟਾਈਮ ਲੱਗ ਜਾਂਦਾ ਗਰਮੀਆਂ ਜਲਦੀ ਫੁੱਲ ਜਾਂਦਾ ਆ, ਪਰ ਆਪਾਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਹੈ ਇਹਨੂੰ, ਈਸਟ ਬਿਲਕੁਲ ਚੰਗੀ ਤਰ੍ਹਾਂ ਐਕਟੀਵੇਟ ਕਰਕੇ ਅਤੇ ਕੋਸੇ ਪਾਣੀ ਦਾ ਆਟਾ ਗੁੰਨਿਆ, ਇਹ ਜਲਦੀ ਐਕਟ ਹੋ ਜੂਗਾ, ਡੋਂਗੇ 'ਚ ਪਾ ਕੇ ਰੱਖ ਦੂੰਗੀ ਮੈਂ ਇਹਨੂੰ, ਢੱਕ ਕੇ ਗਰਮ ਥਾਂ 'ਤੇ ਰੱਖੂੰਗੀ, ਐਂ ਨਹੀਂ ਵੀ ਨੋਰਮਲ ਠੰਡੇ ਥਾਂ 'ਤੇ ਰੱਖਣਾ, ਕਿਉਂਕਿ ਠੰਡ ਹੈਗੀ ਆ, ਪਰ ਫਿਰ ਇਹ ਹੋਣਾ ਨਹੀਂ ਹੈਗਾ ਚੰਗੀ ਤਰ੍ਹਾਂ, ਫੁੱਲਣਾ ਨਹੀਂ ਹੈਗਾ,
ਚੰਗੀ ਤਰ੍ਹਾਂ ਫੁਲਾਉਣ ਲਈ ਆਪਾਂ ਇਹਨੂੰ ਰੱਖਣਾ ਪੈਣਾ ਗਰਮ ਥਾਂ ਦੇ ਉੱਤੇ, ਢੱਕ ਕੇ ਰੱਖ ਦੇਵਾਂਗੇ। ਰੱਖ ਆਪਾਂ ਇਹਨੂੰ ਉੱਪਰ ਲਾ ਤਾ, ਮੈਂ ਥੋੜ੍ਹਾ ਜਿਹਾ ਤੇਲ ਉੱਪਰ ਲਾ ਤਾ ਚੰਗੀ ਤਰ੍ਹਾਂ, ਤਾਂ ਜੋ ਇਹ ਉੱਪਰੋਂ ਸੁੱਕੇ ਨਾ। ਦਿੱਤਾ ਢੱਕ, ਆ ਦੇਖੋ ਚੰਗੀ ਤਰ੍ਹਾਂ ਆਟਾ ਬਹੁਤ ਵਧੀਆ ਫੁੱਲ ਗਿਆ ਸੀ, ਢੱਕਣ ਦੇ ਨਾਲ ਚੁੱਕੇ ਢੱਕਣ ਤੋਂ ਲਾਇਆ ਆ। ਹੁਣ ਆਪਾਂ ਇਹਨੂੰ ਪੇੜਾ ਜਿਹਾ ਬਣਾ ਕੇ, ਜਿਹੜੀ ਟ੍ਰੇ ਦੇ ਵਿੱਚ ਮੈਂ ਪੀਜ਼ਾ ਬਣਾਉਣਾ ਹੈ ਅਤੇ ਉਹੀ ਟ੍ਰੇ ਦੇ ਵਿੱਚ ਹੀ ਮੈਂ ਦਬਾ ਦਬਾ ਕੇ ਕਰ ਲਿਆ, ਕਿਉਂਕਿ ਵੇਲ ਨਹੀਂ ਹੁੰਦਾ, ਸੋਫਟ ਹੁੰਦਾ ਨਾ ਆਟਾ, ਇਹ ਵੇਲਣਾ ਤਾਂ ਮੁਸ਼ਕਲ ਹੈ ਇਹਨੂੰ ਚੱਕਲੇ 'ਤੇ ਲਾ ਕੇ। ਇਸ ਕਰਕੇ ਨੇ ਦੇਵੇ ਵਿੱਚ ਚੰਗੀ ਤਰ੍ਹਾਂ ਥਾਲੀ ਪਹਿਲਾਂ ਗਰੀਸ ਕੀਤੀ ਆ, ਜਿਹੜੀ ਟ੍ਰੇ ਹੈਗੀ ਆ ਪੀਜ਼ੇ ਵਾਲੀ, ਗਰੀਸ ਕਰਕੇ ਚੰਗੀ ਤਰ੍ਹਾਂ ਉਹਦੇ ਵਿੱਚ ਮੈਂ ਕਿੱਤਾਂ ਜੋ ਨਾਲ ਨਾ ਚਿਪਕੇ, ਚਿਹਨੂੰ ਵਧਾ ਵਧਾ ਕੇ ਚ ਬਣਾ ਲਿਆ ਆਪਾਂ ਥਾਲ ਬੇਸ ਪੀਜ਼ੇ ਦਾ। ਇਹਦੇ ਵਿੱਚ ਆਪਾਂ ਸਾਡੇ ਕਾਂਟੇ ਦੇ ਨਾਲ ਨਾ ਸ਼ੇਕ ਕਰ ਦਾਂਗੇ, ਕਿਉਂਕਿ ਵਿੱਚ ਚੰਗੀ ਤਰ੍ਹਾਂ ਇੱਕ ਤਾਂ ਉਹ ਰਚ ਜਾਵੇ ਜਿਹੜਾ ਪੀਜ਼ਾ ਸੌਸ ਹੁੰਦੀ ਆ, ਇੱਕ ਇਹ ਫੁੱਲੇ ਨਹੀਂ ਆਪਣਾ, ਤਾਂ ਕਰਕੇ ਸ਼ੇਕ ਕੀਤੇ, ਕਿਉਂਕਿ ਬਹੁਤ ਜ਼ਿਆਦਾ ਫੁੱਲ ਜਿਹਾ ਜਾਂਦਾ ਵੀ ਜੋ ਰੋਟੀ ਵਾਂਗ ਨਾ ਉੱਪਰ ਤੱਕ ਫੁੱਲ ਜਾਂਦਾ ਇਹ ਬੇਸ, ਜੇ ਆਪਾਂ ਸ਼ੇਕ ਨਾ ਕਰੀਏ, ਤਾਂ ਕਰਕੇ ਮੈਂ ਚੰਗੀ ਤਰ੍ਹਾਂ ਸ਼ੇਕ ਕਰਤੇ। ਇਹਦੇ 'ਚ ਜਿਹੜੀ ਸੌਸ ਲਾਉਣੀ ਹੈਗੀ ਉੱਪਰ ਪੀਜ਼ਾ ਸੌਸ ਆ, ਇਹ ਹੋਮਮੇਡ ਨਹੀਂ ਹੈਗੀ, ਇਹ ਮੈਂ ਲਈ ਹੋਈ ਹੈ ਦੂਸਰੀ ਬਾਜ਼ਾਰੂ। ਹੋਮਮੇਡ ਦੀ ਵੀਡੀਓ ਮੇਰੇ ਚੈਨਲ ਦੇ ਉੱਪਰ ਹੈਗੀ, ਤੁਸੀਂ ਦੇਖਣੀ ਹੋ ਤਾਂ ਦੇਖ ਸਕਦੇ ਹੋ, ਹੋਮਮੇਡ ਵੀ ਬਣ ਜਾਂਦੀ ਆ। ਇਹਦੇ ਉੱਪਰ ਆਪਾਂ ਪਾ ਦਾਂਗੇ ਯੀਸਟ, ਉਹ ਸੋਰੀ ਚੀਜ਼ ਕੱਦੂਕਸ ਕਰਕੇ ਪਾਉਂਗੀ, ਪ੍ਰੋਸੈਸ ਚੀਜ਼ ਆ ਇਹ, ਕੱਦੂਕਸ ਕਰਕੇ ਮੈਂ ਪਾ ਦੂੰਗੀ ਚੀਜ਼ ਉੱਪਰ, ਬਾਹਰ ਕੱਢ ਕੇ ਰੱਖਤਾ ਸੀ ਫਰੀਜ਼ਰ ਵਿੱਚ ਪਿਆ ਸੀ, ਕਿਉਂਕਿ ਉਹਦੇ ਉੱਪਰ ਪਾ ਦੂੰਗੀ ਸਬਜ਼ੀਆਂ, ਆਪਣੀ ਪਸੰਦ ਦੀ ਸਬਜ਼ੀ ਤੁਸੀਂ ਕੋਈ ਵੀ ਪਾ ਸਕਦੇ ਹੋ। ਚਿਮਲਾ ਮਿਰਚਾਂ ਇਹ ਬਰੀਕ ਕੱਟੀ ਸਲਾਈਸ ਵਿੱਚ ਕੱਟਣੀ ਆ, ਬਰੀਕ ਮੋਟੀ ਨਹੀਂ ਕੱਟਣੀ, ਬੀਜ ਦੇ ਕੇ ਕੱਢ ਦੇਣੇ ਆ, ਬੀਜ ਕੱਢ ਕੇ ਇਕੱਲੇ ਸਲਾਈਸ ਇਹਦੇ ਪਾਉਣੇ ਨੇ, ਖਿਲਾਰ ਕੇ ਚੰਗੀ ਤਰ੍ਹਾਂ ਰੱਖ ਦੇਣੀ ਤੁਸੀਂ। ਸ਼ਿਮਲਾ ਮਿਰਚ ਦੇ ਉੱਪਰ ਪਾਉਂਗੀ ਮੈਂ ਹੋਰ ਸਮਾਨ, ਪਿਆਜ਼, ਪਿਆਜ਼ ਕੱਟੇ ਹੋਏ ਆ ਸਲਾਈਸ 'ਚ, ਪਿਆਜ਼ ਦੇ ਪਤਲੇ ਪਤਲੇ ਕੱਟ ਕੇ ਪਾ ਦੇਣੇ ਵਿੱਚ। ਇਹ ਹੈਗਾ ਵੀ ਜੈਤੂਨ, ਓਲੀਵ, ਓਲੀਵ ਕੱਟੇ ਹੋਏ ਨੇ, ਓਲੀਵ ਪਾਉਂਗੀ ਉੱਪਰ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸਮਾਨ ਪਾ ਸਕਦੇ ਹੋ, ਕੋਰਨ ਵੀ ਪਾ ਸਕਦੇ, ਕੋਰਨ ਅਸੀਂ ਪਸੰਦ ਨਹੀਂ ਕਰਦੇ, ਕੋਰਨ ਵੀ ਪਾ ਸਕਦੇ ਹੋ ਉੱਪਰ ਇਹਦੇ। ਹੁਣ ਪਾਈਆ ਮਸ਼ਰੂਮ, ਮਸ਼ਰੂਮ ਬਹੁਤ ਪਸੰਦ ਆ ਸਾਨੂੰ, ਮਸ਼ਰੂਮ ਪਾਏ ਤਾਂ ਕਰਕੇ ਪਨੀਰ ਵੀ ਨਹੀਂ ਪਾਇਆ, ਪਨੀਰ ਵੀ ਪਾ ਸਕਦੇ ਹੋ ਤੁਸੀਂ, ਮੈਂ ਪਾਈਆ ਮਸ਼ਰੂਮ, ਦੇਸੀ ਮਸ਼ਰੂਮ ਆ, ਦੇਖੋ ਵਾਈਟ ਵਾਈਟ ਬਹੁਤ ਸੋਹਣੇ ਮਸ਼ਰੂਮ ਨੇ, ਦੇਸੀ ਮਸ਼ਰੂਮ ਪਾਏ ਆ, ਸਾਰੇ ਪਾਸੇ ਚੰਗੀ ਤਰ੍ਹਾਂ ਪਾ ਦੇਣੇ ਹੈਗੇ ਇਹ। ਇਹਦੇ ਉੱਪਰ ਫਿਰ ਥੋੜ੍ਹਾ ਚੀਜ਼ ਕਰਦਾ ਕੱਦੂਕਸ, ਚੀਜ਼ ਕੱਦੂਕਸ ਕਰਕੇ ਚੰਗੀ ਤਰ੍ਹਾਂ ਉੱਪਰ ਇਹਨੂੰ ਉੱਪਰ ਰੱਖ ਦਾਂਗੇ ਓਵਨ ਦੇ ਵਿੱਚ, ਓਵਨ 'ਚ ਰੱਖੂੰਗੀ ਹੁਣ ਮੈਂ ਇਹਨੂੰ, ਪ੍ਰੀਹੀਟ ਓਵਨ, ਰੈੱਡ ਕਲਰ ਦਾ ਮੇਰਾ ਓਵਨ ਹੈਗਾ, ਗੋਲ ਗੋਲ ਓਵਨ ਆ ਇਹ, ਓਵਨ ਵਿੱਚ ਇਹਦੇ ਵਿੱਚ ਹੀ ਟ੍ਰੇ ਹੁੰਦੀ ਹੈ ਇਹਦੇ ਵਾਲੀ, 15 ਮਿੰਟ ਲਈ ਰੱਖੂੰਗੀ, 15 ਮਿੰਟ ਹੋ ਗਏ, ਦੇਖੋ ਕਿੰਨਾ ਵਧੀਆ ਪੀਜ਼ਾ ਹੋ ਗਿਆ ਤਿਆਰ, ਪੀਜ਼ਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ। ਦੇਖੋ ਸਾਰਾ ਯੀਸਟ ਪਿਘਲ ਗਿਆ, ਉੱਪਰ ਚੀਜ਼ ਵੀ ਪਿਘਲ ਗਿਆ, ਔਰ ਸਬਜ਼ੀਆਂ ਬਿਲਕੁਲ ਪੱਕ ਗਈਆਂ ਹੋਈਆਂ ਨੇ, ਸੌਫਟ ਪੀਜ਼ਾ ਬਣਿਆ, ਬਹੁਤ ਵਧੀਆ ਬਣਿਆ ਬਾਜ਼ਾਰ ਵਰਗਾ। ਦੇਖੋ ਨਾਲੋਂ ਥੋੜ੍ਹਾ ਜਿਹਾ ਜਿਹੜਾ ਮਾੜਾ ਮੋਟਾ ਨਾਲ ਚੁੱਕ ਕੇ ਅਸੀਂ ਮੈਂ ਲਾ ਲਿਆ ਚੰਗੀ ਤਰ੍ਹਾਂ, ਮੈਨੂੰ ਮੈਂ ਕੱਢੂੰਗੀ ਪਲੇਟ ਦੇ ਵਿੱਚ ਪੀਜ਼ੇ ਨੂੰ, ਪਲੇਟ 'ਚ ਕੱਢਣਾ ਜ਼ਰੂਰੀ ਹੈ, ਕਿਉਂਕਿ ਕੱਟਣਾ ਹੁੰਦਾ ਆਪਾਂ ਨੇ, ਔਰ ਆਪਾਂ ਇਹਦੇ ਪਾਵਾਂਗੇ ਓਰੀਗਾਨੋ ਵਗੈਰਾ, ਚਿਲੀ ਫਲੇਕਸ ਵਗੈਰਾ ਉੱਪਰ ਪਾਵਾਂਗੇ ਇਹਦੇ, ਕੱਢ ਕੇ ਪਲੇਟ ਦੇ ਵਿੱਚ ਇਹਨੂੰ। ਇੱਦਾਂ ਕਰਕੇ ਬਹੁਤ ਧਿਆਨ ਨਾਲ ਕੱਢਣ ਟੁੱਟੇ ਨਾ, ਸੌਫਟ ਪੀਜ਼ਾ ਬਹੁਤ ਵਧੀਆ ਬਣਿਆ ਆ, ਅਤੇ ਚਿੱਲੀ ਫਲੇਕਸ ਅਤੇ ਓਰੀਗੈਨੋ ਵਿੱਚ ਪਾ ਤੇ ਮੈਂ ਉੱਪਰ ਇਹਦੇ, ਗਲਾ ਖਰਾਬ ਹੋ ਗਿਆ ਸੋਰੀ। ਇਹ ਪਾਊਚ ਹੀ ਸੀਗੇ ਮੇਰੇ ਕੋਲ, ਬਾਜ਼ਾਰ ਤੋਂ ਕਈ ਵਾਰ ਪੀਜ਼ਾ ਲੈ ਕੇ ਉਹਨਾਂ ਦੇ ਪਾਊਚ ਪਾਉਂਦੇ, ਮੈਂ ਕਿਹਾ ਚਲੋ ਉਹੀ ਵਰਤ ਲੈਂਦੇ ਹਾਂ ਅੱਜ, ਤਾਂ ਕਰਕੇ ਮੈਂ ਸ਼ੀਸ਼ੀ ਵਿੱਚ ਨਹੀਂ ਪਾਇਆ ਗਿਆ ਵਾਲੇ ਵਰਤ ਲਏ। ਪਰ ਸਾਰਾ ਕੁਛ ਪਾ ਕੇ ਇਹਨੂੰ ਐਂ ਕੱਟ, ਕੋਈ ਵੀ ਸ਼ੇਪ 'ਚ ਤੁਸੀਂ ਕੱਟ ਸਕਦੇ, ਕਿਵੇਂ ਤੁਹਾਡਾ ਦਿਲ ਕਰਦਾ ਉਵੇਂ ਕੱਟ ਲਓ, ਮੈਂ ਸਿਰਫ 4 ਹੀ ਪੀਸ ਕਰੂੰਗੀ, ਜਿੰਨੇ ਪੀਸ ਤੁਹਾਡੀ ਮਰਜ਼ੀ ਨਾਲ ਤੁਸੀਂ ਕੱਟ ਕੇ ਖਾ ਸਕਦੇ ਹੋ, ਬਹੁਤ ਟੇਸਟੀ ਬਣ ਗਿਆ ਪੀਜ਼ਾ। ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹਨਾਂ ਨਹੀਂ ਕੀਤਾ ਹੋਇਆ, ਔਰ ਛੋਟੀ ਜਿਹੀ ਵੱਲ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਜਿੱਦਾਂ ਹਰ ਪਾਉਣ ਨੋਟੀਫਿਕੇਸ਼ਨ ਮਿਲ ਜਾਵੇ, ਔਰ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਲਿਆ ਕਰੋ, ਕਿਉਂਕਿ ਜੇ ਤੁਹਾਡੇ ਸਾਹਮਣੇ ਵੀਡੀਓ ਜਦੋਂ ਦੇਖ ਲਿਆ ਕਰੋ ਤਾਂ ਵੀਡੀਓ ਜਿਹੜੀ ਬਹੁਤ ਜਲਦੀ ਘੁੰਮ ਜਾਂਦੀ ਆ, ਸਾਰੇ ਜਣੇ ਜਦੋਂ ਦੇਖ ਲੈਂਦੇ ਆ ਨਾ ਇਹਨੂੰ, ਐਪਰੀਸ਼ੀਏਸ਼ਨ ਜ਼ਰੂਰ ਕਰਿਆ ਕਰੋ, ਮਿਲਦੇ ਹਾਂ ਬਹੁਤ ਜਲਦੀ ਵੀਡੀਓ ਨਾਲ, ਉਦੋਂ ਤੱਕ ਬਾਏ ਬਾਏ।